ਜੇ ਜੇ ਪਰਮੇਸ਼ਵਰ ਮੈਨੂੰ ਕਹਿੰਦਾ ਵਾ ਕਰਨ ਵਾਸਤੇ ਤੇ ਮੈਂ ਇਹਨੂੰ ਜ਼ਰੂਰ ਕਰੂੰਗਾ। ਉਹ ਭੈਣ ਔਰ ਭਰਾਓ, ਕਦੀ ਕਦੀ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਵਾ, ਅਸੀਂ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਨੇ ਆ, ਬਤੁਸਮਾ ਲੈ ਲੈਂਦੇ ਹਾਂ, ਪਰਮੇਸ਼ਵਰ ਦੇ ਘਰ ਵਿੱਚ ਵੀ ਜਾਂਦੇ ਹਾਂ ਔਰ ਪ੍ਰਾਰਥਨਾ ਵੀ ਅਸੀਂ ਕਰਨੇ ਹਾਂ। ਕੋਈ ਵੀ ਚੀਜ਼ ਦੀ ਲੋੜ ਹੋਏ ਤਾਂ ਅਸੀਂ ਪਰਮੇਸ਼ਵਰ ਕੋ ਪੁੱਛਦੇ ਹਾਂ, ਪਰਮੇਸ਼ਵਰ ਕੋ ਪੁੱਛਦੇ ਹਾਂ, ਪਰਮੇਸ਼ਵਰ ਮੈਂ ਇਹ ਕੰਮ ਕਰਾਂ ਜਾਂ ਇੱਥੇ ਜਾਵਾਂ, ਅਤੇ ਪਰਮੇਸ਼ਵਰ ਸਾਨੂੰ ਸਾਫ਼ ਸਾਫ਼ ਸਾਨੂੰ ਦੱਸਦਾ ਵਗਾ ਕਿ ਜਾ ਤੂੰ ਕਰ ਇਹ ਕੰਮ, ਮੈਂ ਤੇਰੇ ਨਾਲ ਆ। ਪਰਮੇਸ਼ਵਰ ਗੱਲ ਕਿਤਨਾ ਕਰਦਾ ਵਾ, ਪਰਮੇਸ਼ਵਰ ਗੱਲ ਕਰਦਾ ਵਾ ਆਪਣੇ ਵਚਨ ਦੇ ਨਾਲ, ਜਾਂ ਪਰਮੇਸ਼ਵਰ ਦੇ ਦਾਸਾਂ ਦੇ ਨਾਲ ਉਹ ਗੱਲ ਕਰਦਾ ਵਾ, ਜਾਂ ਪਰਮੇਸ਼ਵਰ ਗੱਲ ਕਰਦਾ ਵਾ, ਪਰਮੇਸ਼ਵਰ ਕਿਤਨਾ ਵੀ ਗੱਲ ਕਰ ਸਕਦਾ ਵਾ ਆਪਣਾ ਕੰਮ ਕਰਾਉਣ ਵਾਸਤੇ। ਪਰ ਦਾਵਿਦ ਦੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ, ਪਰਮੇਸ਼ਵਰ ਨੇ ਦਾਵਿਦ ਨੂੰ ਕਿਹਾ ਸੀਗਾ ਜਾਣ ਵਾਸਤੇ। ਔਰ ਸਾਨੂੰ ਵੀ ਪਰਮੇਸ਼ਵਰ ਜਦੋਂ ਅਸੀਂ ਕੁਛ ਕੰਮ ਕਹਿੰਦੇ ਹਾਂ, ਕੁਛ ਮੰਗਦੇ ਹਾਂ ਪਰਮੇਸ਼ਵਰ ਕੋਲ ਕਿ ਇਹ ਮੈਂ ਕਰਾਂ ਜਾਂ ਨਾ ਕਰਾਂ, ਅਤੇ ਪਰਮੇਸ਼ਵਰ ਸਾਨੂੰ ਵੀ ਕਹਿੰਦਾ ਵਾ ਠੀਕ ਆ ਜਾ ਕੇ ਕਰ, ਮੈਂ ਤੇਰੇ ਨਾਲ ਹਾਂ। ਫਿਰ ਅਸੀਂ ਤੁਰ ਪੈਂਦੇ ਹਾਂ ਜਿਹੜਾ ਪਰਮੇਸ਼ਵਰ ਨੇ ਸਾਨੂੰ ਕੰਮ ਕਿਹਾ ਸੀ ਕਰਨ ਵਾਸਤੇ। ਪਰ ਜਦੋਂ ਰਾਹ ਵਿੱਚ ਚੱਲਦੇ ਹੈਗੇ ਉਦੋਂ ਕਈ ਲੋਕ ਸਾਨੂੰ ਮਿਲਦੇ ਆ, ਸਾਡੇ ਦੋਸਤ, ਸਾਡੇ ਰਿਸ਼ਤੇਦਾਰ, ਸਾਡੇ ਘਰ ਦੇ ਲਾਕੀ, ਘਰ ਦੇ ਲਾਗੇ ਰਹਿਣ ਵਾਲੇ, ਸਾਡੇ ਮਾਤਾ, ਸਾਡੇ ਪਿਤਾ, ਸਾਡੀ ਪਤਨੀ, ਸਾਡਾ ਪਤੀ, ਸਾਰੇ ਜਦੋਂ ਰਾਹ ਵਿੱਚ ਮਿਲਦੇ ਆ, ਕਦੀ ਕਦੀ ਸਾਨੂੰ ਅਸੀਂ ਉਹਨਾਂ ਨੂੰ ਦੱਸਦੇ ਹਾਂ ਪਰਮੇਸ਼ਵਰ ਨੇ ਸਾਨੂੰ ਕਿਹਾ ਵਾ ਇਹ ਕੰਮ ਕਰਨ ਵਾਸਤੇ ਔਰ ਮੈਂ ਚੱਲਿਆ ਵਾਂ ਉਹ ਕੰਮ ਕਰਨ ਵਾਸਤੇ। ਪਰ ਜਦੋਂ ਸਾਨੂੰ ਦੱਸਦੇ ਆ ਨਾ ਕਰੀ ਇਹ ਤੇਰੇ ਵੱਸ ਦਾ ਨਹੀਂ ਆ, ਇਹ ਤੇਰੇ ਕੋਲ ਹੋ ਨਹੀਂ ਸਕਦਾ, ਉਹ ਸਾਡੇ ਤੋਂ ਵੀ ਜ਼ਿਆਦਾ ਵਾ ਗਏ, ਉਹਨਾਂ ਕੋਲ ਪੈਸਾ ਬੜਾ ਵਾ, ਉਹਨਾਂ ਦੇ ਨਾਲ ਅਸੀਂ ਨਹੀਂ ਲੜ ਸਕਦੇ, ਉਹਨਾਂ ਦਾ ਸਾਹਮਣਾ ਅਸੀਂ ਨਹੀਂ ਕਰ ਸਕਦੇ, ਤੂੰ ਨਾ ਜਾ ਕਿਤੇ, ਤੂੰ ਆਪਣੀ ਬੇਇੱਜ਼ਤੀ ਨਾ ਕਰਾ ਲਈ, ਕਿਤੇ ਉਹਨਾਂ ਕੋਲ ਹਾਰ ਨਾ ਜਾਈ, ਤੂੰ ਨਾ ਜਾ ਕਹੀਂ ਕਦੀ ਆਪਣਾ ਕਦੇ ਆਪਣਾ ਨੁਕਸਾਨ ਨਾ ਕਰਾ ਬੈਠੀ। ਇਹ ਗੱਲਾਂ ਜਦੋਂ ਲੋਕ ਸਾਨੂੰ ਕਹਿੰਦੇ ਆ ਉਦੋਂ ਅਸੀਂ ਲੋਕਾਂ ਦੀਆਂ ਗੱਲਾਂ ਨੂੰ ਮੰਨ ਲੈਂਦੇ ਹਾਂ, ਵਿਸ਼ਵਾਸ ਕਰ ਲੈਂਦੇ ਹਾਂ ਔਰ ਪਰਮੇਸ਼ਵਰ ਦੇ ਕੰਮ ਨੂੰ ਰਾਹ ਵਿੱਚ ਛੱਡ ਦਿੰਦੇ ਹੈਗੇ। ਉਹ ਭੈਣੋ ਭਰਾਓ, ਦਾਵਿਦ ਦੇ ਜੀਵਨ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ। ਦਾਵਿਦ ਨੇ ਵੀ ਪਰਮੇਸ਼ਵਰ ਨੂੰ ਪੁੱਛਿਆ ਸੀਗਾ ਉਹ ਦੇਸ਼ ਨੂੰ ਮੈਂ ਜਾ ਕੇ ਬਚਾਵਾਂ ਸ਼ਤਰੂ ਕੋ, ਅਤੇ ਦਾਵਿਦ ਨੇ ਜਦੋਂ ਪਰਮੇਸ਼ਵਰ ਕੋ ਪੁੱਛਿਆ ਸੀ, ਪਰਮੇਸ਼ਵਰ ਨੇ ਉਹਨੂੰ ਆਖਿਆ ਸੀ ਠੀਕ ਆ ਜਾ ਉਹ ਕੰਮ ਕਰ, ਜਾ ਕੇ ਉਹਨਾਂ ਨੂੰ ਬਚਾ, ਮੈਂ ਤੇਰੇ ਨਾਲ ਆ। ਪਰ ਜਦੋਂ ਉਹ ਜਾਣ ਲੱਗਾ ਹੈਗਾ ਉਦੋਂ ਸੈਨਿਕਾਂ ਨੇ ਦਾਵਿਦ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸੈਨਿਕ ਦਾਵਿਦ ਨੂੰ ਆਉਂਦੇ ਸੀਗੇ ਉਹ ਹੱਡ ਤੋਂ ਵੀ ਜ਼ਿਆਦਾ ਜਾਣੇ ਹੈਗੇ, ਉਹ ਹੱਡ ਤੋਂ ਤਾਕਤਵਰ ਹੈਗੇ। ਔਰ ਉੱਥੇ ਸ਼ੌਲ ਦੀ ਸੈਨਾ ਵੀ ਰਹਿੰਦੀ ਆ, ਸ਼ੌਲ ਵੀ ਰਹਿੰਦਾ ਵਾ, ਉਹਨੇ ਤੈਨੂੰ ਮਾਰ ਦੇਣਾ ਵਾ ਜੇ ਤੂੰ ਉੱਥੇ ਗਿਆ, ਜੇ ਉੱਥੇ ਗਿਆ ਤੈਨੂੰ ਤਾਂ ਉਹਨੇ ਮਾਰਨਾ ਹੀ ਆ, ਉਹਦੇ ਨਾਲ ਉਹ ਸਾਨੂੰ ਵੀ ਮਾਰ ਦੇਣਗੇ, ਅਸੀਂ ਰਹਿਣ ਦਿੰਦੇ ਹਾਂ, ਉਹ ਦੇਸ਼ ਨੂੰ ਨਹੀਂ ਬਚਾਉਂਦੇ ਹਾਂ, ਪਰਮੇਸ਼ਵਰ ਦੇ ਹੱਥ ਵਿੱਚ ਸੌਂਪ ਦਿੰਦੇ ਹੈਗੇ। ਉਹ ਭੈਣ ਔਰ ਭਰਾਓ, ਜਦੋਂ ਸੈਨਿਕਾਂ ਨੇ ਇਹ ਗੱਲ ਦਾਵਿਦ ਨੂੰ ਕਹੀ ਤਾਂ ਦਾਵਿਦ ਨੇ ਕੀ ਕੀਤਾ, ਫਿਰ ਤੋਂ ਪਰਮੇਸ਼ਵਰ ਕੋ ਗਿਆ, ਫਿਰ ਤੋਂ ਪਰਮੇਸ਼ਵਰ ਕੋ ਉਹਨੇ ਪੁੱਛਿਆ ਕਿ ਪਰਮੇਸ਼ਵਰ ਮੈਂ ਜਾਵਾਂ ਜਾਂ ਨਾ ਜਾਵਾਂ ਦੇਸ਼ ਬਚਾਉਣ ਵਾਸਤੇ। ਪਰ ਫਿਰ ਤੋਂ ਪਰਮੇਸ਼ਵਰ ਨੇ ਦਾਵਿਦ ਨੂੰ ਕਿਹਾ ਕਿ ਜਾ ਤੂੰ ਆਪਣੀ ਕਮਰ ਬੰਦ, ਮੈਂ ਤੇਰੇ ਨਾਲ ਹਾਂ, ਯੁੱਧ ਵਿੱਚ ਮੈਂ ਤੇਰੇ ਨਾਲ ਰਹੂੰਗਾ ਔਰ ਤੇਰੇ ਸ਼ਤਰੂਆਂ ਨੂੰ ਤੇਰੇ ਪੈਰਾਂ ਦੇ ਥੱਲੇ ਕਰੂੰਗਾ। ਉਹ ਭੈਣ ਔਰ ਭਰਾਓ, ਪਰਮੇਸ਼ਵਰ ਦੇ ਉੱਤੇ ਜਦੋਂ ਵਿਸ਼ਵਾਸ ਕੀਤਾ ਦਾਵਿਦ ਨੇ, ਅਤੇ ਪਰਮੇਸ਼ਵਰ ਨੇ ਦਾਵਿਦ ਨੂੰ ਕਿਹਾ ਕਿ ਤੂੰ ਜਾ ਮੈਂ ਤੇਰੇ ਨਾਲ ਆਗਾ। ਉਹ ਭੈਣ ਔਰ ਭਰਾਓ, ਲੋਕਾਂ ਦੀਆਂ ਗੱਲਾਂ ਨੂੰ ਸੁਣ ਕੇ, ਸੈਨਿਕਾਂ ਦੀਆਂ ਗੱਲਾਂ ਨੂੰ ਸੁਣ ਕੇ ਉਹਦੇ ਵਿਸ਼ਵਾਸ ਜਿਹੜਾ ਵਾ ਕਮਜ਼ੋਰ ਨਹੀਂ ਹੋਇਆ, ਉਹ ਡਰਿਆ ਨਹੀਂ ਕਿ ਉਹ ਸੈਨਿਕ ਜਿਹੜੇ ਆ ਜ਼ਿਆਦਾ ਵਾ ਗਏ, ਸ਼ੌਲ ਦੀ ਸੈਨਾ ਵੀ ਉੱਥੇ ਹੀ ਆ, ਸ਼ੌਲ ਵੀ ਉੱਥੇ ਹੀ ਆ, ਕਿਤੇ ਮੈਂ ਉੱਥੇ ਗਿਆ ਅਤੇ ਮੈਨੂੰ ਮਾਰ ਨਾ ਦੇ। ਇਸ ਕਰਕੇ ਉਹ ਕਿਸੇ ਚੀਜ਼ ਕੋ ਵੀ ਨਹੀਂ ਡਰਿਆ, ਨਾ ਹੀ ਸੈਨਿਕਾਂ ਦੀ ਗੱਲਾਂ ਸੁਣ ਕੇ ਉਹ ਪਿੱਛੇ ਹਟਿਆ। ਉਹਨੇ ਫਿਰ ਤੋਂ ਪਰਮੇਸ਼ਵਰ ਦੇ ਸਾਹਮਣੇ ਗੋਡੇ ਟੇਕ ਕੇ ਔਰ ਪ੍ਰਾਰਥਨਾ ਕੀਤੀ। ਉਹਨੇ ਕਿਹਾ ਪਰਮੇਸ਼ਵਰ ਮੈਂ ਜਾਵਾਂ ਜਾਂ ਨਾ ਜਾਵਾਂ। ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਜਾ ਤੂੰ ਮੈਂ ਤੇਰੇ